ਸਰਕਾਰ ਆ ਉਹਨਾਂ ਨੇ ਕਿਸਾਨਾਂ ਦੇ ਲਈ ਮਜ਼ਦੂਰਾਂ ਦੇ ਆੜ੍ਹਤੀਆਂ ਦੇ ਲਈ ਮੌਤ ਦੇ ਵਾਰੰਟ ਜਿਹੜੇ ਕਿ ਜਾਰੀ ਕਰਤੇ ਅਤੇ ਉਹ ਵਾਰੰਟ ਨੇ ਜਿਹੜੇ ਰਾਸ਼ਟਰਪਤੀ ਵੱਲੋਂ ਵੀ ਉਹਨੂੰ ਮਨਜ਼ੂਰੀ ਮਿਲ ਗਈ ਸੀ। ਅਦਾਨੀ ਅੰਬਾਨੀ ਵਰਗੇ ਜਿਹੜੇ ਅਖਤਨਾੜ ਲੋਕ ਨੇ ਉਹ ਆਪਣੇ ਕੰਮ ਵਿੱਚ ਕਰ ਲੈਣਗੇ। ਜਿਹੜੇ ਖੇਤਾਂ ਦੇ ਖੁਦ ਮਾਲਕ ਲੋਕ ਨੇ ਉਹ ਗੁਲਾਮ ਬਣ ਜਾਣਗੇ, ਉਹ ਨੌਕਰ ਬਣ ਜਾਣਗੇ। ਤੋ ਇਹ ਐਕਟ ਲਾਗੂ ਹੋ ਗਿਆ ਤਾਂ ਇਹ ਸਮਝ ਲਓ ਤੁਹਾਡੀ ਮੋਟਰਾਂ ਜਿਹੜੇ ਵਿੱਲ ਨੇ ਉਹ ਆਉਣੇ ਸ਼ੁਰੂ ਹੋ ਜਾਣਗੇ। ਤੇ ਹੱਥ ਵੱਢ ਦਿੱਤੇ ਨੇ ਕੇਂਦਰ ਸਰਕਾਰ ਨੇ ਸਾਡੇ ਬਜ਼ੁਰਗਾਂ ਦੇ, ਸਾਡੇ ਜਿਹੜੇ ਨੌਜਵਾਨ ਪੀੜ੍ਹੀ ਆਉਣ ਬਿਲਕੁਲ ਖਤਮ ਕਰਨ ਤੁਲੀ ਹੋਈ ਹੈ। ਦੋਸਤੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਤੋਂ ਬਾਅਦ ਦੋਸਤੋ ਆਪਾਂ ਕੱਲ੍ਹ ਵੀ ਇੱਕ ਜਿਹੜਾ ਕਿਸਾਨੀ ਮੁੱਦਾ ਜਿਹੜਾ ਪੰਜਾਬ ਵਿੱਚ ਸਾਡੇ ਕਾਲੇ ਬੱਦਲ ਛਾਏ ਹੋਏ ਨੇ, ਇਹ ਜਿਹੜੀਆਂ ਸਰਕਾਰਾਂ ਨੇ ਜਿਹਨਾਂ ਨੂੰ ਆਪਾਂ ਚੁਣ ਕੇ ਵਿਧਾਨ ਸਭਾ, ਲੋਕ ਸਭਾ ਅਤੇ ਰਾਜ ਸਭਾ 'ਚ ਨੁਮਾਇੰਦਿਆਂ ਨੂੰ ਭੇਜਦੇ ਹਾਂ, ਅਤੇ ਉਹਨਾਂ ਦੀ ਜਿਹੜੀਆਂ ਕਾਰਗੁਜਾਈਆਂ ਸਾਡੇ ਪ੍ਰਤੀ ਕੀ ਨੇ ਉਹ ਤੁਸੀਂ ਆ ਕੁਛ ਦਿਨਾਂ ਤੁਹਾਨੂੰ ਪਤਾ ਲੱਗ ਚੁੱਕਿਆ ਕਿ ਸਾਡੀ ਜੋ ਸੈਂਟਰ ਦੀ ਸਰਕਾਰ ਜੋ ਮੋਦੀ ਸਰਕਾਰ ਆ ਉਹਨਾਂ ਨੇ ਕਿਸਾਨਾਂ ਦੇ ਲਈ, ਮਜ਼ਦੂਰਾਂ ਦੇ, ਆੜ੍ਹਤੀਆਂ ਦੇ ਲਈ ਇੱਕ ਕਾਲਾ ਕਾਨੂੰਨ, ਆਪਾਂ ਇਹ ਕਹਿ ਸਕਦੇ ਮੌਤ ਦੇ ਵਾਰੰਟ ਜਿਹੜੇ ਕਿ ਜਾਰੀ ਕਰਤੇ, ਅਤੇ ਉਹ ਵਾਰੰਟ ਨੇ ਜਿਹੜੇ ਰਾਸ਼ਟਰਪਤੀ ਵੱਲੋਂ ਵੀ ਉਹਨੂੰ ਮਨਜ਼ੂਰੀ ਮਿਲ ਦਿੱਤੀ। ਸੋ ਮੈਂ ਦੋਸਤੋ ਕੱਲ੍ਹ ਵੀ ਤੁਹਾਨੂੰ ਬੇਨਤੀ ਕੀਤੀ ਸੀ ਅਤੇ ਅੱਜ ਵੀ ਬੇਨਤੀ ਕਰਦਾ ਕਿ ਦੇਖੋ ਇਹ ਨਹੀਂ ਹੈਗਾ ਆਪਾਂ ਧਰਨੇ ਮੁਜ਼ਾਰੇ ਸਦੀਆਂ ਤੋਂ ਕਰਦੇ ਆ ਰਹੇ ਹਾਂ, ਜਦੋਂ ਦੀਆਂ ਇਹ ਸਰਕਾਰਾਂ ਬਣੀਆਂ ਨੇ ਉਦੋਂ ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਪੰਜਾਬ ਦੇ ਲੋਕ ਨੇ ਆਪਣੇ ਹੱਕਾਂ ਦੇ ਲਈ, ਇਹ ਸਾਡਾ ਜਿਹੜਾ ਪੰਜਾਬ ਹੈ ਇਹ ਆਪਣੇ ਹੱਕਾਂ ਲਈ ਹਮੇਸ਼ਾ ਹੀ ਅੱਗੇ ਆਇਆ, ਅਤੇ ਅੱਜ ਵੀ ਜਿਹੜਾ ਪੰਜਾਬ ਦਾ ਬੱਚਾ ਬੱਚਾ, ਨੌਜਵਾਨ, ਬਜ਼ੁਰਗ, ਮਾਤਾ ਭੈਣਾਂ ਸਾਰੇ ਆਪਣੇ ਹੱਕਾਂ ਲਈ ਅੱਗੇ ਆ ਰਹੇ ਨੇ। ਸੋ ਮੈਂ ਤੁਹਾਨੂੰ ਦੱਸ ਚੁੱਕਾ ਵੀ ਜਿਹੜੇ ਆਰਡੀਨੈਂਸ ਕੀ ਨੇ ਹੈਗੇ, 3 ਆਰਡੀਨੈਂਸ ਨੇ। ਸਭ ਤੋਂ ਪਹਿਲਾਂ ਤਾਂ ਜਿਹੜੇ ਕਿਸਾਨਾਂ ਦਾ ਜਿਹੜਾ ਹੈ ਮਤਲਬ ਆਰਡੀਨੈਂਸ ਜਿਹਨਾਂ ਨੂੰ ਲੱਗ ਕੀਤਾ ਕਿ ਉਹਦੀ ਜਿਹੜੀ ਫਸਲ ਹੈ, ਉਹਦੇ ਜਿਹੜੇ ਖੇਤ ਨੇ ਉਹ ਵੱਡੇ ਅੰਡਾਨੀ ਅੰਬਾਨੀ ਵਰਗੇ ਜਿਹੜੇ ਧਨਾੜ ਲੋਕ ਨੇ ਉਹ ਆਪਣੇ ਕੰਮ ਵਿੱਚ ਕਰ ਲੈਣਗੇ। ਜਿਹੜੇ ਖੇਤਾਂ ਦੇ ਖੁਦ ਮਾਲਕ ਲੋਕ ਨੇ ਉਹ ਗੁਲਾਮ ਬਣ ਜਾਣਗੇ, ਉਹ ਨੌਕਰ ਬਣ ਜਾਣਗੇ। ਉਹ ਆਪਣੀ ਮਨਮਰਜ਼ੀ ਨਾਲ ਤੁਹਾਨੂੰ ਜਿਹੜੀ ਆ ਉਹ ਡੇਲੀ ਦਾ ਜਿਹੜਾ ਮਹਿਤਾਨਾ ਜਿਹੜਾ ਮਤਲਬ ਪੈਸੇ ਨੇ ਜਾਂ ਆਪਾਂ ਜਿਹਨੂੰ ਦਿਹਾੜੀ ਕਹਿ ਦਿੰਦੇ ਹਾਂ, ਖੁਦ ਜਿਹੜੇ ਮਾਲਕ ਨੇ ਉਹ ਇੱਕ ਦਿਹਾੜੀਦਾਰ ਬਣ ਜਾਣਗੇ। ਦੂਜਾ ਜਿਹੜਾ 220 ਬਿਜਲੀ ਦਾ ਐਕਟ ਆ, ਉਹ ਕਿ ਜਿਹੜੀ ਬਿਜਲੀ ਹੈ ਹੁਣ ਦੇਖੋ ਕਿਸਾਨਾਂ ਨੂੰ ਬਿਲਕੁਲ ਫਰੀ ਮਿਲਦੀ ਆ, ਹੋਰ ਜਿਹੜੇ ਮਜ਼ਹਬ ਦੇ ਲੋਕਾਂ ਨੂੰ ਫਰੀ ਮਿਲਦੀ ਹੈ, ਪਰ ਜਦੋਂ ਇਹ ਐਕਟ ਲਾਗੂ ਹੋ ਗਿਆ ਤਾਂ ਇਹ ਸਮਝ ਲਓ ਤੁਹਾਡੀ ਮੋਟਰਾਂ ਜਿਹੜੇ ਵਿੱਲ ਨੇ ਉਹ ਆਉਣੇ ਸ਼ੁਰੂ ਹੋ ਜਾਣਗੇ। ਅਤੇ ਜਿਹੜੇ ਵੱਡੇ ਧਨਾੜ ਲੋਕ ਨੇ ਹੁਣ ਜਿਸ ਤਰ੍ਹਾਂ ਦੇ ਦੋ 10-10, 15-15 ਰੁਪਏ ਯੂਨਿਟ ਪ੍ਰਤੀ ਮਹੀਨਾ, ਜਿਹੜੀ ਇੱਕ 10 ਦੀ ਯੂਨਿਟ ਨਾਲ ਅਸੀਂ ਬਿੱਲ ਭਰਦੇ ਹਾਂ, ਕੋਈ 15,000, ਕੋਈ 20,000, ਕਿਸੇ ਨੂੰ 1,00,000 ਤੱਕ ਵੀ ਮਤਲਬ ਜਿਹੜੇ ਬਿੱਲ ਆਏ ਹੋਏ ਨੇ, ਤਾਂ ਇਹ ਸਮਝ ਲਓ ਵੀ ਤੁਹਾਡਾ ਜਿਹੜਾ ਮਤਲਬ ਬਿਜਲੀ ਦੇ ਬਿੱਲ ਵੀ ਉਹ ਵੀ ਦੁੱਗਣੇ ਆਉਣੇ ਸ਼ੁਰੂ ਹੋ ਜਾਣਗੇ। ਇਹ ਮਤਲਬ ਜਿਹੜੇ ਹੱਥ ਵੱਢ ਦਿੱਤੇ ਨੇ ਕੇਂਦਰ ਸਰਕਾਰ ਨੇ ਸਾਡੇ ਬਜ਼ੁਰਗਾਂ ਦੇ, ਸਾਡੇ ਜਿਹੜੇ ਨੌਜਵਾਨ ਪੀੜ੍ਹੀ ਆਉਣ ਬਿਲਕੁਲ ਖਤਮ ਕਰਨ ਤੁਲੀ ਹੋਈ ਹੈ। ਇਹ ਜਿਹੜੀ ਵਿਦੇਸ਼ੀ ਤਾਕਤਾਂ ਨੇ ਜਿਹਨਾਂ ਦੇ ਮਤਲਬ ਇਹ ਮਤਲਬ ਮਗਰ ਲੱਗੀਆਂ ਹੋਈਆਂ ਨੇ, ਅਤੇ ਵੱਡੇ ਵੱਡੇ ਜਿਹੜੇ ਧਨਾੜ ਲੋਕ ਨੇ ਅੰਡਾਨੀ ਅੰਬਾਨੀ ਵਰਗੇ, ਇਹ ਮੋਦੀ ਉਹਨਾਂ ਦੇ ਹੱਥ ਦੀ ਕੱਠਪੁਤਲੀ ਬਣ ਚੁੱਕਿਆ ਹੈ। ਜਿਹੜਾ ਇਸ਼ਾਰਾ ਅੰਬਾਨੀ ਅਤੇ ਅੰਡਾਨੀ ਕਰਦਾ ਹੈ ਪੰਜਾਬ ਦੇ ਲਈ ਜਾਂ ਦੇਸ਼ ਦੇ ਲਈ, ਉਹਨਾਂ ਇਸ਼ਾਰਿਆਂ 'ਤੇ ਕਾਨੂੰਨ ਬਣਦੇ ਨੇ। ਸੋ ਦੋਸਤੋ ਸਾਨੂੰ ਇੱਥੇ ਨਹੀਂ ਲੋਟਾਉਣਾ, ਇਹ ਸਾਨੂੰ ਦਿੱਲੀ ਵੱਲ ਕੂਚ ਕਰਨਾ ਪੈਣਾ। ਇਹਦੇ ਜਨਮ ਲੋਕ ਨੇ, ਇਹ ਪੰਜਾਬ ਦਾ ਇਤਿਹਾਸ ਰਿਹਾ ਗਾ। ਜਦੋਂ ਵੀ ਪੰਜਾਬ ਦੇ ਉੱਤੇ ਮਤਲਬ ਬੱਦਲ ਛਾਏ ਨੇ, ਜਦੋਂ ਵੀ ਪੰਜਾਬ ਤੋਂ ਕੋਈ ਮੁਸੀਬਤ ਆਈ ਹੈ, ਤਾਂ ਪੰਜਾਬ ਦੇ ਸਾਡੇ ਜਿਹੜੇ ਲੋਕ ਨੇ, ਇੱਥੋਂ ਦੇ ਨੌਜਵਾਨ ਨੇ, ਇੱਥੋਂ ਦੀ ਜਿਹੜੀ ਪੀੜ੍ਹੀ ਆ, ਇੱਥੋਂ ਪੰਜਾਬ ਦੇ ਸਾਡੇ ਸਾਹਸੀ ਲੋਕ ਨੇ, ਉਹਨਾਂ ਨੇ ਹਮੇਸ਼ਾ ਹੀ ਆਪਣੇ ਹੱਕਾਂ ਦੇ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ। ਹੋ ਦੋਸਤੋ ਆਹ ਦੇਖੋ ਕਿੱਡੀ ਵੱਡੀ ਮਤਲਬ ਤ੍ਰੈਜੀ, ਜਿਹੜੇ ਸਾਡੇ ਡੇਲੀ ਸੁਖਬੀਰ ਬਾਦੀ ਕਹਿੰਦੇ ਮੈਂ ਪੰਜਾਬ ਲਈ ਕੁਰਬਾਨੀ ਕਰ ਦੂੰਗਾ। ਕੀ ਕੁਰਬਾਨੀ ਕਰਨਗੇ? ਬੀਬਾ ਬਾਦਲ ਡੇਲੀ ਬਿਆਨ ਦਿੰਦੀ ਆ, ਅਸੀਂ ਪੰਜਾਬ ਲਈ ਕੁਰਬਾਨੀ ਕਰਨਾ। ਵੱਡਾ ਬਾਦਲ ਬਿਆਨ, ਅਸੀਂ ਪੰਜਾਬ ਲਈ ਕੁਰਬਾਨੀ ਕਰਨਾ। ਕੀ ਕੁਰਬਾਨੀ ਕਰਨਗੇ? ਇਹ ਕੁਰਬਾਨੀ ਕੀਤੀ ਇਹਨਾਂ ਨੇ ਆਪਣੇ ਪਰਿਵਾਰ ਦੇ ਲਈ, ਕੁਰਬਾਨੀ ਕੀਤੀ ਆ ਆਪਣੇ ਅਹੁਦਿਆਂ ਦੇ ਲਈ। ਇੱਕ ਨਾਟਕ ਕੀਤਾ ਇਹਨਾਂ ਨੇ, ਜਿਹੜਾ ਅਸਤੀਫਾ ਦਿੱਤਾ ਗਾ, ਜਿਹੜਾ ਮਤਲਬ ਬੀਬਾ ਜੀ ਨੇ ਅਸਤੀਫਾ ਦਿੱਤਾ ਗਾ ਕੱਲ੍ਹ, ਜਿਹੜੇ ਥੋੜ੍ਹੇ ਦਿਨਾਂ ਤੱਕ ਜਿਹੜੇ ਤੋੜ ਵਿਛੋੜ ਕੀਤਾ ਗਿਆ ਇਹਨਾਂ ਨੇ, ਵੀ ਸਾਡੀ ਜਿਹੜੀ ਭਾਜਪਾ ਤੋਂ ਅਸੀਂ ਤੋੜ ਵਿਛੋੜ ਕਰ ਰਹੇ ਹਾਂ, ਸਾਡੀ ਜਿਹੜੀ ਪਾਰਟੀ ਆ ਭਾਜਪਾ ਤੋਂ ਅਲੱਗ ਰਹੀ ਆ, ਇਹ ਸਿਰਫ ਇੱਕ ਸਟੰਟ ਹੈ 2022 ਦੀਆਂ ਚੋਣਾਂ ਅੰਦਰ ਹੀ ਸਟੰਟ, ਸਾਡੇ ਭੋਲੇ ਭਾਲੇ ਪੰਜਾਬ ਦੇ ਲੋਕਾਂ ਨੂੰ ਬੁੱਧੂ ਬਣਾਇਆ ਜਾ ਰਿਹਾ। ਦੋਸਤੋ ਇਹਦੇ ਵਿੱਚ ਕੋਈ ਵੀ ਸੱਚਾਈ ਨਹੀਂ ਹੈ, ਇਹ ਪਹਿਲਾਂ ਵੀ ਇੱਕ ਸੀਗੇ, ਕਾਂਗਰਸੀ, ਅਕਾਲੀ, ਬੀਜੇਪੀ ਸਾਰੇ ਇੱਕ ਨੇ, ਇਹ ਰਲ ਮਿਲ ਕੇ ਪੰਜਾਬ ਦਾ ਬੇੜਾ ਗਰਕ ਕਰਨ 'ਤੇ ਲੱਗੇ ਹੋਏ ਨੇ। ਇਹ ਪੰਜਾਬ ਦੀ ਪਹਿਲਾਂ ਨੌਜਵਾਨੀ ਖਾ ਗਏ, ਇਹ ਫਿਰ ਪੰਜਾਬ ਨੂੰ ਹੌਲੀ ਹੌਲੀ, ਦੇਖੋ ਜਿੰਨੇ ਵੀ ਪੰਜਾਬ ਦੇ ਨੌਜਵਾਨ ਨੇ ਸਾਰੇ ਵਿਦੇਸ਼ਾਂ 'ਚ ਚਲੇ ਜਾਣਗੇ, ਤਾਂ ਇੱਥੇ ਰਹੂ ਕੌਣ? ਇੱਥੇ ਮੈਂ ਅੰਡਾਨੀ ਅਤੇ ਅੰਬਾਨੀ ਨੂੰ ਇੱਕ ਪੁੱਛਣਾ ਚਾਹੁੰਦਾ ਵੀ ਮੰਨ ਲਓ ਜੇ ਪੰਜਾਬ ਹੀ ਨਾ ਰਹੇ, ਪੰਜਾਬ ਦੇ ਲੋਕ ਨਾ ਰਹੇ, ਤਾਂ ਤੁਸੀਂ ਕਿੱਥੇ ਰਾਜ ਕਰੋਗੇ? ਕੀ 'ਤੇ ਰਾਜ ਕਰੋਗੇ? ਇੱਕ ਜਿਹੜੀ ਜ਼ਮੀਨਾਂ ਖਾਲੀ ਪਈਆਂ ਨੇ, ਸਾਰੇ ਵਿਦੇਸ਼ਾਂ ਚਲੇ ਜਾਣਗੇ,
ਠੀਕ ਹੈ, ਜੇ ਮਜ਼ਦੂਰ ਹੀ ਨਾ ਰਹਿਣਗੇ, ਵਪਾਰੀ ਨਾ ਰਹਿਣਗੇ ਤਾਂ ਕਿੱਥੇ ਰਾਜ ਕਰੋਗੇ? ਕਿਹਦੇ ਸਿਰ ਤੇ ਰਾਜ ਕਰੋਗੇ? ਇੰਨਾ ਪੈਸਾ ਲੈ ਕੇ ਤੂੰ ਜਾਣਾ ਕਿੱਥੇ ਆ? ਇੱਕ ਦਿਨ ਉਹੀ 4 ਗਜ ਦੀ ਧਰਤੀ ਹੈ, ਸਿਕੰਦਰ ਬਾਦਸ਼ਾਹ ਵਰਗੇ ਚਲੇ ਗਏ ਜਿਨ੍ਹਾਂ ਨੇ ਸਾਰੇ ਵਿਸ਼ਵ 'ਤੇ ਜਿੱਤ ਪ੍ਰਾਪਤ ਕੀਤੀ ਸੀ, ਉਹ ਇਸ ਦੁਨੀਆਂ 'ਤੇ ਚਲੇ ਗਏ, ਤਾਂ ਤੁਸੀਂ ਕਿਹਦੇ ਵਿਚਾਰੇ ਹੋ? ਤੁਸੀਂ ਕਿਹੜੇ ਬਾਗ ਦੀ ਮੂਲੀ ਹੋ? ਕਿਹੜੇ ਖੇਤ ਦੀ ਮੂਲੀ ਹੋ? ਸੋ ਦੋਸਤੋ, ਇਹ ਸਾਨੂੰ ਜਿਹੜੀ ਜੰਗ ਹੈ ਉਹ ਇੱਕੇ ਨਾਲ ਲੜਨੀ ਪੈਣੀ ਆ। ਸਾਨੂੰ ਸਾਡੇ ਜਿਹੜੇ ਪਿੰਡਾਂ ਦੇ ਘੜਮ ਚੌਧਰੀ ਨੇ, ਜਿਹੜੇ ਇਹਨਾਂ ਸਰਕਾਰਾਂ ਦੇ ਛੱਡੇ ਹੋਏ ਲੋਕ ਨੇ, ਜਿਹੜੇ ਇਹਨਾਂ ਚਮਚਾਗਿਰੀਆਂ ਕਰਦੇ ਨੇ, ਉਹਨਾਂ ਨੂੰ ਅੱਜ ਸਬਕ ਸਿਖਾਉਣ ਦਾ ਸਮਾਂ ਆ ਗਿਆ। ਸਾਨੂੰ ਸਾਰੇ ਪਿੰਡਾਂ ਦੇ ਲੋਕਾਂ ਨੂੰ ਇਕੱਠੇ ਹੋ ਕੇ ਮਤੇ ਪਾਉਣੇ ਪੈਣਗੇ, ਜਿਹੜੀ ਗ੍ਰਾਮ ਸਭਾਵਾਂ ਬੁਲਾਉਣੀਆਂ ਪੈਣਗੀਆਂ। ਇੱਕੋ ਇੱਕ ਪੰਜਾਬ ਦਾ ਸ਼ੇਰ ਬਹਾਦਰ ਸਪੂਤ ਹੈ ਜਿਹਨੇ ਇਹਦਾ ਵਿਰੋਧ, ਸਭ ਤੋਂ ਪਹਿਲਾਂ ਕਿਤੇ ਉਹ ਸਰਦਾਰ ਭਗਵੰਤ ਮਾਨ। ਅਸੀਂ ਆਮ ਆਦਮੀ ਪਾਰਟੀ ਹਮੇਸ਼ਾ ਹੀ ਇਹਨਾਂ ਚੀਜ਼ਾਂ ਦਾ ਵਿਰੋਧ ਕਰਦੀ ਆਈ ਹੈ, ਹਮੇਸ਼ਾ ਹੀ ਜਿਹੜਾ ਆਰਡੀਐਂਸ ਜਿੱਤੋਂ ਅਕਤੂਬਰ 19 ਚ ਇਹ 2019 ਚ ਇਹ ਲਾਗੂ ਹੋਣ ਜਾ ਰਿਹਾ ਸੀ, ਤਾਂ ਉਦੋਂ ਉਸੇ ਦਿਨ ਤੋਂ ਲੈ ਕੇ ਹੁਣ ਤੱਕ ਭਗਵੰਤ ਮਾਨ ਜੀ ਸਾਡੀ ਪਾਰਟੀ 'ਚ ਦਾ ਵਿਰੋਧ ਕਰਦੇ ਹੀ ਹੈ। ਹਮੇਸ਼ਾ ਹੀ ਸਾਡੀ ਪਾਰਟੀ ਕਿਸਾਨਾਂ ਦੇ ਹਿਤੈਸ਼ੀ ਆ ਅਤੇ ਕਿਸਾਨਾਂ ਦੇ ਨਾਲ ਖੜੀ ਹੈ, ਪੰਜਾਬ ਦੇ ਲੋਕਾਂ ਦੇ ਨਾਲ ਖੜੀ ਹੈ, ਪੰਜਾਬ ਦੇ ਮਜ਼ਦੂਰਾਂ ਦੇ ਨਾਲ ਖੜੀ ਹੈ, ਪੰਜਾਬ ਦੇ ਜੋ ਵਪਾਰੀ ਵਰਗ ਉਹਨਾਂ ਦੇ ਨਾਲ ਖੜੀ ਆ ਹਰ ਪੱਖੋਂ। ਦਿੱਲੀ ਦੇਖੋ, ਦਿੱਲੀ ਸਵਾਮੀਨਾਥਨ ਦੀ ਰਿਪੋਰਟ ਹੈ, ਇੱਥੋਂ ਦੇਖੋ ਫਸਲ ਦੀ ਜਿਹੜੀ ਕੀ ਰੇਟ ਹੈ, ਅਤੇ ਦਿੱਲੀ ਦੇਖੋ ਕਿੰਨਾ ਰੇਟ ਹੈ ਫਸਲ ਦਾ। ਤਾਂ ਕੇਜਰੀਵਾਲ ਜਿਹੜੀ ਸਰਕਾਰ ਆ ਉਹ ਹਮੇਸ਼ਾ ਹੀ ਆਮ ਲੋਕਾਂ ਦੇ ਲਈ ਕੰਮ ਕਰ ਰਹੀ ਹੈ, ਤਾਂ ਪੰਜਾਬ 'ਚ ਵੀ ਅਸੀਂ ਜਿਹੜੇ ਮਤਲਬ ਆਮ ਆਮ ਪਾਰਟੀ ਦੇ ਵਰਕਰ ਹਾਂ ਜਾਂ ਆਮ ਆਦਮੀ ਪਾਰਟੀ ਜਿਹੜੇ ਜਿੰਨੇ ਵੀ ਸਾਡੇ ਸਾਡੇ ਭਗਵੰਤ ਮਾਨ ਜਿਹੜੇ ਪੰਜਾਬ ਦੇ ਪ੍ਰਧਾਨ ਹੋਰ MLA ਜੀ ਨੇ, ਉਹ ਲਗਾਤਾਰ ਪੰਜਾਬ ਦੇ ਹਿੱਤ ਲਈ, ਪੰਜਾਬ ਦੇ ਕਿਸਾਨਾਂ ਦੇ ਲਈ ਲੜਾਈ ਜਿਹੜੇ ਲੜ ਰਹੇ ਆ। ਹੁਣ ਅਸੀਂ ਘਰ ਘਰ ਜਾ ਕੇ, ਪਿੰਡ ਪਿੰਡ ਜਾ ਕੇ, ਜਿਹੜੀ ਗ੍ਰਾਮ ਸਭਾਵਾਂ ਨੇ ਉਹਨਾਂ ਦੇ ਸੰਬੰਧ 'ਚ ਲੋਕਾਂ ਨੂੰ ਜਾਗਰੂਕ ਕਰਨਾ ਵੀ ਗ੍ਰਾਮ ਸਭਾ ਬੁਲਾ ਕੇ ਕਿਸ ਤਰ੍ਹਾਂ ਜਿਹੜਾ ਕਾਲਾ ਕਾਨੂੰਨ ਹੈ, ਕਿਉਂਕਿ ਮਿਲਣੀ ਜਿਹੜੀ ਪਾਰਲੀਮੈਂਟ ਉਹ ਸਾਡੇ ਪਿੰਡਾਂ 'ਚ ਬੈਠੀ ਹੈ, ਸੁਪਰੀਮ ਕੋਰਟ ਦੇ ਰਾਸ਼ਟਰਪਤੀ, ਕਿਉਂਕਿ ਇੱਥੇ ਲੋਕਤੰਤਰ ਜਿਹੜਾ ਸਾਡਾ ਸ਼ਾਸਨ ਆ, ਪਰ ਇਹਨਾਂ ਨੇ ਜਿਹੜੀ ਇਹ ਕਹਾਵਤ ਹੈ ਉਲਟ ਕਰਤੀ। ਸਾਡੇ ਮੋਦੀ ਸਾਹਿਬ ਨੇ, ਸਾਡੇ ਜਿਹੜੇ ਅੰਡਾਨੀ ਅੰਬਾਨੀ ਵਰਗ ਨੇ, ਲੋਕਤੰਤਰ ਦੀ ਹੱਤਿਆ ਕਰਤੀ। ਜਿਹੜਾ ਲੋਕਤੰਤਰ ਸੀਗਾ ਨਾ, ਸਾਡਾ ਸ਼ਾਸਨ, ਜਿਹੜਾ ਲੋਕਤੰਤਰ ਰਾਜ ਆ ਸਾਡੇ ਦੇਸ਼ ਵਿੱਚ, ਇਹਨਾਂ ਨੇ ਉਹ ਲੋਕਤੰਤਰ ਦੀ ਹੱਤਿਆ ਕਰਤੀ ਆਪਣੇ ਮੁਨਾਫੇ ਵਿੱਚ, ਪੰਜਾਬ ਦੇ ਕਿਸਾਨਾਂ ਨੂੰ, ਪੰਜਾਬ ਦੇ ਨੌਜਵਾਨਾਂ ਨੂੰ, ਪੰਜਾਬ ਦੇ ਦਿਹਾੜੀ ਜਿਹੜੇ ਲੋਕ ਨੇ, ਪੰਜਾਬ ਦੇ ਜਿਹੜੇ ਵਪਾਰੀ ਲੋਕ ਨੇ, ਉਹਨਾਂ ਨੂੰ ਮਤਲਬ ਖਤਮ ਕਰਨ ਦੀ ਕੋਝੀਆਂ ਸਾਜ਼ਿਸ਼ਾਂ ਨੇ, ਉਹਨਾਂ ਨੂੰ ਅਸੀਂ ਕਦੇ ਵੀ ਜਿਹੜੀ ਕਾਮਯਾਬ ਨਹੀਂ ਹੋਣ ਦੇਵਾਂਗੇ। ਅਸੀਂ ਜੋ ਆਮ ਆਦਮੀ ਪਾਰਟੀ ਦੇ ਜੋ ਸਾਰੇ ਹੀ MLAs, ਸਾਡੇ ਸਰਦਾਰ ਭਗਵੰਤ ਮਾਨ ਜੀ ਜਿਹਨੇ ਵਰਕਰ ਨੇ, ਹਮੇਸ਼ਾ ਹੀ ਕਿਸਾਨਾਂ ਦੇ ਨਾਲ ਪੰਜਾਬ ਦੇ ਹਿੱਤਾਂ ਲਈ ਖੜੇ ਹਾਂ ਅਤੇ ਖੜੇ ਰਹਾਂਗੇ। ਜਦ ਤੱਕ ਅਸੀਂ ਇੱਥੇ ਧਰਨੇ ਮਜਾਰੇ, ਤਾਂ ਚਲੋ ਠੀਕ ਹੈ, ਹੱਕ ਬਣਦਾ ਸਾਡਾ ਲਾਉਂਦਾ, ਪਰ ਜਦ ਤੱਕ ਦਿੱਲੀ ਨਹੀਂ ਘੇਰਦੇ ਉਦੋਂ ਤੱਕ ਇਹ ਕਾਨੂੰਨ ਜਿਹੜਾ ਰੱਦ ਨਹੀਂ ਹੁੰਦਾ। ਸੋ ਹੱਥ ਬੰਨ ਕੇ ਬੇਨਤੀ ਕਰਦਾ, ਜਿਹੜੇ ਘੜਮ ਚੌਧਰੀ ਨੇ, ਇਹਨਾਂ ਦੇ ਨਾਂ ਲੱਗੇ ਜਿਹੜੇ ਕਾਂਗਰਸੀ ਮੈਂਬਰ ਸਰਪੰਚ ਨੂੰ ਬੇਨਤੀ ਮੈਂ ਕੱਲ੍ਹ ਵੀ ਕੀਤੀ ਸੀ, ਜੇ ਤੁਹਾਨੂੰ ਪੰਜਾਬ ਦਾ ਦਰਦ ਹੈ, ਪੰਜਾਬ ਦੇ ਲੋਕਾਂ ਦਾ ਦਰਦ ਹੈ, ਤਾਂ ਪਾਰਟੀ ਵਾਈਜ਼ ਤੋਂ ਉੱਪਰ ਉੱਠ ਕੇ ਜਿਹੜੀਆਂ ਗ੍ਰਾਮ ਸਭਾਵਾਂ ਨੇ ਉਹਨਾਂ ਦੇ ਵੱਧੋ ਵੱਧ ਮਤੇ ਪਵਾਓ, ਤਾਂ ਕਿ ਜਿਹੜਾ ਆਪਾਂ ਮਤਾ ਹੈ ਉਹ ਆਪਾਂ ਰਾਸ਼ਟਰਪਤੀ ਨੂੰ, ਸਾਡੇ ਸੁਪਰੀਮ ਕੋਰਟ ਦੇ ਮਤਲਬ ਮਾਨਯੋਗ ਸੁਪਰੀਮ ਕੋਰਟ ਨੂੰ ਭੇਜ ਸਕੀਏ, ਅਤੇ ਜਿਹੜਾ ਕਾਲਾ ਜਿਹੜਾ ਕਾਨੂੰਨ ਹੈ, ਇਹ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਜਿਹੜੇ ਔਰਤਾਂ ਦੇ ਵਿਰੁੱਧ ਜਿਹੜੇ ਕਾਨੂੰਨ ਹੈ, ਇਹਨੂੰ ਅਸੀਂ ਰੱਦ ਕਰਾ ਸਕੀਏ। ਸੋ ਲਾਸਟ ਵਿੱਚ ਫਿਰ ਮੈਂ ਤੁਹਾਨੂੰ ਫਿਰ ਕਹਿੰਦਾ, ਕਿਸਾਨ ਦੇ ਜਿਹੜੇ ਨੌਜਵਾਨ, ਸਭ ਤੋਂ ਵੱਡੀ ਜਿਹੜੀ ਮੈਨੂੰ ਖੁਸ਼ੀ ਹੋਈ ਹੈ ਨੌਜਵਾਨਾਂ ਦੀ ਹੋਈ ਹੈ, ਕਿ ਸਾਡਾ ਨੌਜਵਾਨ ਜਿਹੜਾ ਵਰਗ ਹੈ ਉਹ ਜਾਗ ਚੁੱਕਿਆ। ਦੋ ਦੋਸਤੋ, ਸਾਰੇ ਜਾਣੇ ਆਪਾਂ ਇਕੱਠੇ ਹੋ ਕੇ, ਕਿਸੇ ਮਜ਼ਹਬ ਦਾ ਨਹੀਂ ਇਹ ਕੰਮ, ਇਹ ਕਿਸੇ ਧਰਮ ਦਾ ਨਹੀਂ ਆ। ਸੋ ਸਾਰਿਆਂ ਨੂੰ, ਸਾਨੂੰ ਰਾਜਨੀਤੀਆਂ ਭੁੱਲ ਕੇ, ਇਹ ਪਾਰਟੀ ਵਾਜੀਆਂ ਤੋਂ ਉੱਪਰ ਉੱਠ ਕੇ, ਸਾਨੂੰ ਇਹਨਾਂ ਕਿਸਾਨਾਂ ਨਾਲ, ਇਹਨਾਂ ਮਜ਼ਦੂਰਾਂ ਨਾਲ, ਇਹਨਾਂ ਆੜ੍ਹਤੀਆਂ ਨਾਲ, ਅਤੇ ਸਾਡੇ ਪੰਜਾਬ ਨੂੰ ਬਚਾਉਣ ਲਈ ਸਾਨੂੰ ਖੜਨਾ ਚਾਹੀਦਾ ਹੈ। ਸੋ ਮੈਂ ਤਾਂ ਸ਼ੁਰੂ ਤੋਂ ਹੀ ਕਿਸਾਨ ਹਿਤੈਸ਼ੀ, ਅਤੇ ਅੱਜ ਵੀ ਮੈਂ ਜਿੰਨਾ ਕੁ ਮੇਰੀ ਕੋਲ ਹੈਸੀਅਤ ਹੈਗੀ ਆ, ਮੈਂ ਪੰਜਾਬ ਦੇ ਕਿਸਾਨਾਂ ਲਈ ਆਪਣੀ ਜਿਹੜੀ ਇਹ ਲਾਈਫ ਹੈ ਮੈਂ ਲਿਖ ਲਾਈ ਹੋਈ ਆ। ਮੈਂ ਜਦ ਤੱਕ ਮੇਰੀ ਇਹ ਲਾਈਫ ਹੈ, 5 ਸਾਲ 10 ਸਾਲ, ਮੇਰੇ ਪੰਜਾਬ ਦੇ ਲੋਕਾਂ ਦੇ ਲਈ, ਮੇਰੇ ਪੰਜਾਬ ਦੇ ਭਰਾਵਾਂ ਦੇ ਲਈ, ਕਿਸਾਨ ਲਈ ਆਪਣੀ ਲਾਈਫ ਹੈ, ਮੈਂ ਉਹਨਾਂ ਦੇ ਲਿਖੇ ਲਾ ਚੁੱਕਿਆ। ਸੋ ਲਾਸਟ ਵਿੱਚ ਫਿਰ ਸਮਾਂ ਹੈ ਇੱਕ ਹੋਣ ਦਾ, ਇਹ ਦਿੱਲੀ ਦੇ ਜਿਹੜੇ ਤਖ਼ਤ ਨੂੰ ਪਲਟਣ ਦਾ ਸਮਾਂ ਹੈ। ਦੋਸਤੋ, ਇਹ ਮੋਦੀ ਦਾ ਕਠਪੁਤਲੀ ਬਣਿਆ ਖੜਾ ਹੈ ਅੰਡਾਨੀ ਅੰਬਾਨੀਆਂ ਦੀ, ਅੱਜ ਨੂੰ ਸਭ ਸਿਖਾਉਣ ਦਾ ਮੌਕਾ, ਸਾਰੇ ਪੰਜਾਬ ਦੇ ਲੋਕ ਇਕੱਠੇ ਹੋ ਕੇ ਆਪਾਂ ਆਵਾਜ਼ ਇੱਕ ਆਵਾਜ਼ ਬਣਾਈਏ, ਇੱਕ ਬੁਲੰਦੀ 'ਤੇ ਜਾਈਏ, ਤਾਂ ਕਿ ਜਿਹੜੇ ਕਾਲਾ ਕਾਨੂੰਨ ਆ ਇਹਨੂੰ ਰੱਦ ਕਰਾਇਆ ਜਾ ਸਕੇ। ਇਨਕਲਾਬ ਜਿੰਦਾਬਾਦ, ਇਨਕਲਾਬ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।